पीएसटेट 2024 ਨੂੰ ਲੈ ਕੇ ਕੁਝ ਸਵਾਲ ਤੇ ਸ਼ੰਕੇ ਨੇ ਉਹਨਾਂ ਦੇ ਜਵਾਬ ਨੇ ਇਹ ਵੀਡੀਓ ਸੀ ਜਿਸ ਦੇ ਹੂ ਕੈਨ ਅਪੀਅਰ ਇਨ ਪੀਐਸਟੈਟ ਸੀਟੈਟ ਮਈ 2024 ਇਸ ਦੇ ਜੋ ਕਮੈਂਟ ਨੇ ਉਹਨਾਂ ਦੀ ਗੱਲ ਕਰਾਂਗੇ ਸਰ ਮੈਨੂੰ ਜੀ ਪਲੀਜ਼ ਪਤਾ ਕਰਨਾ ਸੀ ਕਿ ਐ ਮੈਨੂੰ ਕੁਐਸਚਨ ਸਮਝ ਨਹੀਂ ਆਇਆ ਕਿ ਹਿਸਟਰੀ ਜੀਓਗ੍ਰਾਫੀ ਟੀਚਿੰਗ ਸਬਜੈਕਟ ਸੀ ਮੇਰੇ ਕੋਲ ਬੀਐਡ ਚ ਤਾਂ ਐਸਐਸਟੀ ਸਬਜੈਕਟ ਕੇ ਲਿਏ ਪੰਜਾਬ ਮੇ ਪੂਰਾ ਨਹੀਂ ਹੈ ਮੈਸੇਜ ਕਲੀਅਰ ਕਰਿਆ ਕਰੋ ਮੈਨੂੰ ਇਹ ਸਮਝਾਇਆ ਹੈ ਕਿ ਤੁਹਾਡੇ ਕੋ ਹਿਸਟਰੀ ਤੇ ਜੀਓਗ੍ਰਾਫੀ ਸੀ ਕਿ ਤੁਸੀਂ ਪੰਜਾਬੀ ਐਸਐਸਟੀ ਲਈ ਸਟਰੀਮ ਪੀਐਸਟੈਟ ਚੂਜ਼ ਕਰੋਗੇ ਜੇ ਇਸ ਤਰ੍ਹਾਂ ਹੈ ਤੇ ਹਾਂਜੀ ਤੁਸੀਂ ਉਹੀ ਚੂਜ਼ ਕਰੋਗੇ ਸਰ ਪ੍ਰੈਪਰੇਸ਼ਨ ਕਰਵਾ ਦਿਓ ਜਿ ਕਰਵਾਵਾਂਗੇ ਸਰ ਅਗਰ ਸੈਮ ਵਾਂਚ ਕੁਆਲੀਫਾਈ ਹੋ ਰਿਹਾ ਹੈ ਟੀ ਤੇ ਕੇ ਵੈਲਿਡ ਰਹੇਗਾ ਬਿਲਕੁਲ ਵੈਲਿਡ ਰਹੇਗਾ ਸੁਪਰੀਮ ਕੋਰਟ ਦਾ ਇਸੇ ਹੀ ਵੀਡੀਓ ਦੇ ਵਿੱਚ ਇਹ ਦੱਸਿਆ ਗਿਆ ਹੈ ਸਪਸ਼ਟ ਹੈ ਮੈਂ 2023 ਚ ਪੀਐਸਟੈਟ ਕਲੀਅਰ ਕੀਤਾ ਸੀ 116 ਨੰਬਰ ਆਏ ਸਨ ਪਰ ਸਰਟੀਫਿਕੇਟ ਵਿੱਚ ਗਲਤੀ ਹੈ ਮੇਰੀ ਮਦਰ ਦਾ ਨਾਮ ਕਮਲਜੀਤ ਆਈ ਦੀ ਜਗ੍ਹਾ ਡਬਲ ਜ ਡਬਲ ਜੇ ਡਬਲ ਈ ਟੀ ਹੈ ਹੈਨਾ ਲਿਖਿਆ ਹੋਇਆ ਹੈ ਕਿ ਮੈਂ ਦੁਬਾਰਾ ਪੀਐਸਟੈਟ ਦੇਵਾਂ ਸੋਲੂਸ਼ਨ ਕੀ ਹੈ ਦੇਖੋ ਮੇਰੇ ਖਿਆਲ ਸੇ ਇਹ ਪ੍ਰੋਬਲਮ ਨਹੀਂ ਆਣੀ ਚਾਹੀਦੀ ਹਾਂ ਤੁਸੀਂ ਫਿਲ ਜੋ ਕੀਤਾ ਸੀ ਜੇ ਉਸਦੇ ਪ੍ਰਿੰਟ ਹਨ ਤੇ ਉੱਥੇ ਤੁਹਾਡਾ ਰਾਈਟ ਨੇਮ ਲਿਖਿਆ ਸੀ ਨਾ ਆਈਡੀ ਵਗੈਰਾ ਤੁਹਾਡੇ ਕੋਲ ਹੈ ਉਸ ਦੇ ਪ੍ਰੂਫ ਹਨ ਜਿਹੜੇ ਪ੍ਰਿੰਟ ਲਈਦੇ ਆ ਤੇ ਉਹੀ ਤੁਹਾਡਾ ਵੈਲਿਡ ਰਹੇਗਾ ਕੋਈ ਪ੍ਰਸਮਸਿਆ ਨਹੀਂ ਆਏਗੀ ਹਾਂ ਤੁਹਾਡੇ 116 ਮਾਰਕਸ ਹੈ ਬਹੁਤ ਅੱਛੇ ਮਾਰਕਸ ਹੈ ਜੇ ਇਸ ਤੋਂ ਵੀ ਤੁਸੀਂ ਵਧਾਣਾ ਚਾਹੁੰਦੇ ਹੋ ਫਿਰ ਤੁਸੀਂ ਇਹ ਪੇਪਰ ਦੇ ਸਕਦੇ ਹੋ ਜੇ ਵਧਾਣਾ ਨਹੀਂ ਚਾਹੁੰਦੇ ਜਾਂ ਇਸ ਤੋਂ ਸੰਤੁਸ਼ਟ ਹੋ ਫਿਰ ਜ਼ਰੂਰਤ ਨਹੀਂ ਹਾਂ ਜੇ ਮਦਰ ਦੇ ਨੇਮ ਲਈ ਕਰਨਾ ਚਾਹੁੰਦੇ ਹੋ ਤਾਂ ਇਹੀ ਤੁਹਾਡੀ ਕਰੈਕਸ਼ਨ ਹੋ ਸਕਦੀ ਹੈ ਪਰ ਦੂਸਰੀ ਗੱਲ ਜੇ ਤੁਹਾਡਾ ਸਟ्रेस ਲੈਵਲ ਬਹੁਤ ਵੱਧ ਰਿਹਾ ਹੈ ਮਨ ਲੋਕ ਕਿਉਂਕਿ ਇਹ ਸਿਸਟਮ ਜੋ ਗੁਜ਼ਰ ਕੇ ਜਾਣਾ ਪੈਂਦਾ ਹੈ ਉਹ ਜਿੰਨੀ ਮਿਹਨਤ ਉਸ ਨੂੰ ਠੀਕ ਕਰਵਾਉਣ ਨੂੰ ਲੱਗੇਗੀ ਜਾਂ ਰਸਤਾ ਨਹੀਂ ਮਿਲੇਗਾ ਮਿਲੇਗਾ ਟਾਈਮ ਲੱਗੇਗਾ ਟੈਨਸ਼ਨ ਬਣੀ ਰਹਿੰਦੀ ਹੈ हां ਤੁਸੀਂ ਉਸ ਸਟ्रेस ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਨੂੰ ਦੁਬਾਰਾ ਪੇਪਰ ਨੂੰ ਫਿਲ ਕਰ ਸਕਦੇ ਹੋ ਹਾਂ ਇਹ ਸ਼ੋਰ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਜੋ ਬੇਸਿਕ ਇਨਫੋਰਮੇਸ਼ਨ ਹੈ ਜਿਵੇਂ ਕਮਲਜੀਤ ਆਪਣੇ ਮਦਰ ਦਾ ਨਾਮ ਹੈ ਉਹ ਠੀਕ ਸਪੈਲ ਕੀਤਾ ਹੋਇਆ ਹੈ ਇਹ ਹਰ ਹਾਲਾਤ ਚ ਦੇਖਣਾ ਜ਼ਰੂਰੀ ਹੋਏਗਾ ਸੋ ਤਿੰਨ ਫੈਕਟਰ ਨੇ ਸਟ्रेस ਤੁਹਾਡੀ ਐਂਗਜ਼ਾਇਟੀ ਉਹਨਾਂ ਚ ਇੱਕ ਫੈਕਟਰ ਹੈ ਜੇ ਜ਼ਿਆਦਾ ਹੈ ਤੇ ਇਹ ਪੇਪਰ ਦੇ ਦਿਓ ਕੰਪੀਟੀਸ਼ਨ ਦੇ ਸਕਦੇ ਹਾਂ ਜੇ ਐਡੀਸ਼ਨਲ ਦੇਣਾ ਹੋ ਤਾਂ ਪੰਜਾਬ ਮੇ ਕਰ ਸਕਤੀ ਹੂੰ ਮੈਂ ਰਾਜਸਥਾਨ ਸੇ ਹੂੰ इनका फ़ोन भी आया था राजस्थान से हैं कि पंजाबी इन्होंने पढ़ी हुई है तो यस ये ये पी एस टेट भी दे सकते हैं और गवर्नमेंट जॉब के लिए एलिजिबल ही होंगे बाकी एलिजिबिलिटी क्राइटेरिया जो बार बार बताए गए हैं पिछले वीडियो में उन, उन उसके बेस पर जहाँ नए नॉर्म्स आते हैं गवर्नमेंट के उनके अनुसार सभी को गुजर के जाना पड़ेगा अच्छा बी ए इंटीग्रेटेड टू सेकेंड सेम वाले दे सकते हैं बिल्कुल दे सकते हैं ਸਾ 2022 ਵਿੱਚ ਕਲੀਅਰ ਕਰ ਲਿਆ ਸੀ ਉਦੋਂ ਮੈਂ ਫਸਟ ਸੈਮ ਸੀ ਬਿਲਕੁਲ ਤੁਹਾਡਾ ਵੈਲਿਡ ਹੈ ਈਟੀਟੀ 21 23 ਫਸਟ ইয়ার ਵਿੱਚ ਸੀ 12 ਮਾਰਚ 2023 ਨੂੰ ਹਾਂ ਠੀਕ ਹੈ ਤੇ ਪੀਐਸਟੈਟ ਦਿੱਤਾ ਸੀ ਵੈਲਿਡ ਹੈ ਬਿਲਕੁਲ ਤੁਸੀਂ ਤੁਹਾਡੀ ਐਡਮਿਸ਼ਨ ਹੋਈ ਹੈ ਕਲਾਸਾਂ ਸ਼ੁਰੂ ਹਨ ਤੇ ਤੁਸੀਂ ਦੇ ਸਕਦੇ ਹੋ ਐਡਮਿਸ਼ਨ ਹੋ ਚੁੱਕੀ ਕਲਾਸਾਂ ਸ਼ੁਰੂ ਹਨ ਆ ਐ ਸਰ ਮੈਂ ਹੁਣ ਸੈਕੰਡ ਸੈਮ ਵਿੱਚ ਹਾਂ ਐ ਮੈਂ ਬਿਲਕੁਲ एलिਜੀਬਲ ਹੋ ਤੁਸੀਂ ਅਦਰ ਸੇ ਸੈਕੰਡ ਈਅਰ ਵਿੱਚ ਦੇ ਅਦਰ ਸੇਜ਼ ਕੌਨ ਮੈਂ ਇਹ ਵੀਡੀਓ ਪਾਈ ਹੈ ਸੁਪਰੀਮ ਕੋਰਟ ਦਾ ਐਨਸੀਆਰਟੀ ਦਾ ਸੋਰੀ ਐਨਸੀਟੀ ਦਾ ਸਰਕੂਲੇਸ਼ਨ ਤੋਂ ਦਿਖਾ ਰਿਹਾ ਹਾਂ ਤੇ ਅਦਰਸ ਕੌਣ ਹੈ ਉਹਨਾਂ ਨੂੰ ਇਹ ਦਿਖਾਓ ਡਾਊਟ ਨਹੀਂ ਹੈ ਇਸੇ ਵੀਡੀਓ ਚ ਡਾਊਟ ਕਲੀਅਰ ਕੀਤਾ ਗਿਆ ਕਿ ਤੁਸੀਂ ਐਲੀਜੀਬਲ ਹੋ ਸਰ ਪਲੀਜ਼ ਪੀਐਸਟੈਟ ਦੀ ਤਿਆਰੀ ਕਰਵਾ ਦਿਓ ਹਾਂਜੀ ਮੈਂ ਕਰਵਾਵਾਂਗਾ ਲਾਸਟ ਈਅਰ ਆਈ ਵਾਸ ਇਨ ਸੈਕੰਡ ਸੈਮ ਆਫ ਪੀਐਡ ਆਈ ਹੈਡ ਕੁਆਲੀਫਾਈਡ ਪੀਐਸਟੈਟ 2023 ਆਈ ਗਾਟ 97 ਮਾਰਕਸ ਕੀ ਮੇਰੇ ਵੀ ਕੁਆਲੀਫਾਈ ਪੀਐਸਟੈਟ ਵੈਲਿਡ ਮੰਨਾ ਜਾਏਗਾ ਜੇ ਮੈਨੂੰ ਦੁਬਾਰਾ ਦੇਣਾ ਪਏਗਾ ਦੇਖੋ ਵੈਲਿਡ ਹੈ 100% ਵੈਲਿਡ ਹੈ 90 ਮੈਂ ਇਹ ਕਹਿ ਰਿਹਾ ਹਾਂ ਜੇ ਤੁਸੀਂ ਅੰਕ ਵਧਾਉਣਾ ਚਾਹੁੰਦੇ ਹੋ ਮੰਨ ਲਓ ਵਧਾਉਣਾ ਚਾਹੁੰਦੇ ਹੋ 97 ਤੁਹ ਪਲੱਸ ਕਰਨਾ ਚਾਹਦੇ ਹੋ ਫਿਰ ਇਹ ਦੁਬਾਰਾ ਦੇ ਸਕਦੇ ਹੋ ਸਰ ਜੀ ਈਟੀਟੀ 2023-25 ਸੈਸ਼ਨ ਜਿਨ੍ਹਾਂ ਦੇ ਹਾਲੇ ਕਾਉਂਸਲਿੰਗ ਹੋਈ ਹੈ ਉਹ ਇਹ ਦੇ ਸਕਦੇ ਨੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੁਐਸਚਨ ਮੈਨੂੰ ਇਹ ਲੱਗਾ ਹੈ ਕਿਉਂਕਿ ਕਾਉਂਸਲਿੰਗ ਚੱਲ ਰਹੀ ਹੈ ਦੇਖੋ ਰਾਜੇ ਇਹਦਾ ਆਨਸਰ ਹੈ ਯੈਸ ਤੁਸੀਂ ਦੇਖ ਸਕਦੇ ਹੋ ਕਿਉਂਕਿ ਹਜੇ ਫਾਰਮ ਨਹੀਂ ਆਏ ਹੋਏ ਫਾਰਮ ਨਹੀਂ ਆਏ ਜਦ ਤੱਕ ਫਾਰਮ ਆਨੇ ਹੰ ਤੋ ਤੱਕ ਤੁਹਾਡਾ ਜਿਹੜਾ ਹੈ ਤੁਹਾਡੀਆਂ ਕਲਾਸਿਸ ਜਾਂ ਤੁਹਾਡੀ ਐਡਮਿਸ਼ਨ ਹੋ ਜਾਣੀ ਹੈ ਅਗਲੀ ਗੱਲ ਜੇ ਨਹੀਂ ਵੀ ਹੁੰਦੀ ਤਾਂ ਘੱਟੋ ਘੱਟ ਤੁਹਾਨੂੰ ਅਪੀਅਰ ਹੋ ਜਾਣਾ ਚਾਹੀਦਾ ਹੈ ਜੇ ਤੁਹਾਡੀ ਐਡਮਿਸ਼ਨ ਹੈ ਜੇ ਪਿੱਛੇ ਚੱਲ ਰਹੀ ਹੈ ਫਿਰ ਵੀ ਫਾਰਮ ਇਹ ਪੀਐਸਟੈਟ ਦਾ ਫਿਲ ਕਰ ਦੇਣਾ ਚਾਹੀਦਾ ਹੈ ਘੱਟੋ ਘੱਟ ਤੁਹਾਨੂੰ ਲਰਨ ਤਾਂ ਹੋਏਗਾ ਕਿ ਪੇਪਰ ਕਿਸ ਤਰ੍ਹਾਂ ਦਾ ਹੈ ਮੈਨੇਜ ਕਿਸ ਤਰ੍ਹਾਂ ਕਰਨਾ ਹੈ ਕੁਐਸਚਨ ਕਿਸ ਤਰ੍ਹਾਂ ਦੇ ਹਨ ਮੇਰੀਆਂ ਕਮਜ਼ੋਰੀਆਂ ਕੀ ਹਨ ਮੇਰੀਆਂ ਤਾਕਤਾਂ ਕੀ ਹਨ ਮੈਨੂੰ ਕਿੱਧਰ ਜ਼ਿਆਦਾ ਪੜ੍ਹਨਾ ਪਵੇਗਾ ਹੈਨਾ ਜੇ ਉਹ ਕਰ ਵੀ ਲੈਣੇ ਹੋ ਤਾਂ ਤੁਸੀਂ ਇਹ ਲਰਨਿੰਗ ਤੁਹਾਡੀ ਹੈਲਪ ਕਰੇਗੀ ਕਿ ਨੈਕਸਟ ਜਿਹੜੇ ਸਕੋਰ ਆ ਉਹਨਾਂ ਨੂੰ ਪਲੱਸ ਇਨਕਰੀਜ਼ ਕਰਨ ਵਿੱਚ ਉੱਪਰ ਲੈ ਕੇ ਜਾਣ ਵਿੱਚ ਸੋ ਹਰ ਹਾਲਤ ਵਿੱਚ ਤੁਹਾਨੂੰ ਪੜਨਾ ਚਾਹੀਦਾ ਹੈ ਮੇਰੀ ਗਾਈਡੈਂਸ ਮੁਤਾਬਕ ਕੋਈ ਦੂਰਾਈ ਵਿੱਚ ਨਾ ਪੈਣਾ Uh, 101% ਦੇਖੋ ਲਿਖਿਆ ਵੀ ਹੋਇਆ ਥੈਂਕ ਯੂ ਇਹਨਾਂ ਦਾ ਸਰ ਮੇਰੇ ਹਾਲੇ ਫਰਸਟ ਸੈਮ ਦਾ ਰਿਜ਼ਲਟ ਨਹੀਂ ਆਇਆ ਕਿ ਮੈਂ ਪੀਐਸਟੈਟ ਦਾ ਹਾਂਜੀ ਦੇ ਸਕਦੇ ਹੋ ਬਿਲਕੁਲ ਦੇ ਸਕਦੇ ਹੋ ਸਰ ਏਜ ਲਿਮਟ ਹੈ ਕਿ ਨਹੀਂ ਪੀਐਸਟੈਟ ਦੀ ਇਹਨਾਂ ਨੇ ਦਿੱਤਾ ਵੀ ਹੈ 18 ਸਾਲ ਤੋਂ ਘਟ ਨਹੀਂ ਹੋਣੀ ਚਾਹੀਦੀ ਆਦਰਵਾਇਸ ਸਾਰੇ ਹੀ ਕੋਈ ਏਜ ਲਿਮਟ ਨਹੀਂ ਹੈ ਤੁਸੀਂ ਦੇ ਸਕਦੇ ਹੋ ਥੈਂਕ ਯੂ ਇਹ ਕੁਐਸਚਨਸ ਹਨ ਸੈਕੰਡ ਡਾਊਟਸ